ਸਤਿਕਾਲ ਦੋਸਤੋ, ਜੇ ਘਰ ਦੇ ਵਿੱਚ ਨਾ ਚਾਰ ਪ੍ਰੋਡਕਟ ਤੁਸੀਂ ਲਵਾ ਲਏ, ਨਾ ਤਾਂ ਗਰਮ ਠੰਡੇ ਪਾਣੀ ਵਾਲੀ ਟੈਂਸ਼ਨ ਰਹਿਣੀ ਹੈ ਤੁਹਾਨੂੰ, ਨਾ ਹੀ ਸ਼ੋਰੇ ਦੀ ਟੈਂਸ਼ਨ ਰਹਿਣੀ ਹੈ, ਨਾ ਹੀ ਤੁਹਾਡੇ ਮਤਲਬ ਬਿਜਲੀ ਦੇ ਖਰਚੇ ਦੀ ਟੈਂਸ਼ਨ ਰਹਿਣੀ ਹੈ, ਅਤੇ ਨਾ ਹੀ ਤੁਹਾਡੀਆਂ ਟੂਟੀਆਂ ਵਗੈਰਾ ਕੋਈ ਖਰਾਬ ਹੋਣ, ਅਤੇ ਸਭ ਤੋਂ ਵੱਡੀ ਗੱਲ ਪ੍ਰੈਸ਼ਰ ਦੀ ਤਾਂ ਨਾਂ ਦੇ ਨਾਲ ਟੈਂਸ਼ਨ ਰਹਿਣੀ ਹੈ। ਬਾਈ ਜੀ, ਕੀ ਪ੍ਰੋਡਕਟ ਨੇ ਇਹਨਾਂ ਬਾਰੇ ਪ੍ਰੋਪਰ ਜਾਣਕਾਰੀ ਦੇ? ਹਾਂਜੀ ਗੁਰੀ ਜੀ, ਸਭ ਤੋਂ ਟੈਂਕ ਹੈ ਜੀ ਸਟੀਲ ਦਾ ਟੈਂਕ, ਸਾਰੇ ਪਲਾਸਟਿਕ ਦਾ ਟੈਂਕ ਵਰਤਦੇ ਆ? ਬਿਲਕੁਲ ਜੀ, ਅਸੀਂ ਕਹਿੰਦੇ ਪਲਾਸਟਿਕ 'ਚ ਪਹਿਲਾਂ ਤਾਂ ਕੰਪਨੀ 'ਚ ਆਓ, ਦੇਸੀ ਨਾ ਵਰਤਿਆ ਕਰੋ, ਸਿੰਟੈਕਸ ਲਾਇਆ ਕਰੋ, ਠੀਕ ਹੈ? ਉਸ ਤੋਂ ਬਾਅਦ ਜਿਹੜਾ ਲਾ ਸਕਦਾ ਭਰਾ ਸਟੀਲ ਦਾ ਟੈਂਕ ਲਗਾਓ। ਸਟੀਲ ਦਾ ਟੈਂਕ ਦਾ ਬੈਨੀਫਿਟ ਕੀ ਹੈ ਸਰ? ਇੰਨੀ ਵੱਡੀ ਪਫ ਇਨਸੂਲੇਸ਼ਨ ਹੈ ਇਹਦੇ ਵਿੱਚ, ਇੰਨੀ ਤਾਂ ਹੀ ਖਾਲੀ ਛੱਡੀ ਹੈ, ਇੰਨੀ ਮੋਟੀ ਪਫਿੰਗ ਹੈ, ਗਰਮੀਆਂ ਦੇ ਵਿੱਚ ਪਾਣੀ ਠੰਡਾ ਰਹੂਗਾ ਅਤੇ ਠੰਡੀਆਂ ਦੇ ਵਿੱਚ ਪਾਣੀ ਗਰਮ ਰਹੂਗਾ, ਠੀਕ ਹੈ? ਇਹਦਾ ਸਭ ਤੋਂ ਵੱਡਾ ਬੈਨੀਫਿਟ, ਅਤੇ ਉਸ ਤੋਂ ਬਾਅਦ ਸਟੀਲ ਆਪਣੇ ਲਈ ਹਾਈਜੀਨ ਹੁੰਦਾ, ਸਟੀਲ ਸਾਰੇ ਭਾਂਡੇ ਜੂਸ ਸਟੀਲ ਹੈ, ਇਹਦੇ ਵਿੱਚ ਆਪਾਂ ਕੁਰਲੀ ਵੀ ਕਰਦੇ ਹਾਂ ਆਪਾਂ, ਠੀਕ ਹੈ? ਇਹਦੇ ਨਾਲ ਬਿਮਾਰੀ ਨਹੀਂ ਫੈਲਦੀ, ਅਗਰ ਦੇਸੀ ਟੈਂਕ ਲੈਂਦੇ ਹਾਂ ਕੈਮੀਕਲ ਨਾਲ ਹੁੰਦਾ, ਉਹਦੇ ਨਾਲ ਜੇ ਕੁਰਲੀ ਕਰਦੇ ਨਾ ਕੈਮੀਕਲ ਆਪਣੇ ਅੰਦਰ ਜਾਣ ਦੇ ਕਰਕੇ ਬਿਮਾਰੀਆਂ ਵੱਧਦੀ ਹੈ ਜੀ, ਆਪਾਂ ਬਿਮਾਰੀਆਂ ਨੂੰ ਦੂਰ ਕਰਦੇ ਜੀ। ਬਾਈ, ਪਰ ਜੇ ਬਿਮਾਰੀ ਤਾਂ ਪਾਣੀ ਦੇ ਵਿੱਚ, ਚਲੋ ਇਹਨੇ ਤਾਂ ਜਿਵੇਂ ਚੀਜ਼ ਇਹਨੂੰ ਮਿਲਣੀ ਨੇ ਉਹੀ ਪਾਸ ਕਰਨੀ ਹੈ, ਪਰ ਜੇ ਪਾਣੀ ਦੇ ਵਿੱਚ ਬਿਮਾਰੀ ਹੁੰਦੀ ਹੈ ਜਿਹੜਾ ਥੋੜ੍ਹਾ ਮੋਟਾ ਛੋਰਾ ਰਹਿ ਜਾਂਦਾ, ਉਹ ਵੀ ਦੱਸ ਦਾਂਗੇ ਤੁਹਾਨੂੰ ਜੀ। ਉਸ ਤੋਂ ਬਾਅਦ ਉਹਦੇ ਲਈ ਹੈਗਾ ਸੋਫਟਨਰ, ਆਹ ਹੈਗਾ ਜਿਵੇਂ ਛੋਰਾ ਹੈ, ਜ਼ਮੀਨ ਵਾਲਾ ਸਾਰੇ ਬੋਰ ਵਾਲਾ ਪਾਣੀ ਵਰਤ ਲਿਆ, ਠੀਕ ਹੈ ਜੀ? ਜਾਂ ਕਲੋਨੀਆਂ 'ਚ ਪਾਣੀ ਆ ਰਿਹਾ ਉਹ ਵੀ ਬੋਰ 'ਚੋਂ ਲੈ ਰਿਹਾ, ਟ੍ਰੀਟਮੈਂਟ ਪਲਾਂਟ ਨਹੀਂ ਲੱਗੇ ਹੋਏ। ਛੋਰਾ ਜਿਹੜਾ ਆਟੋਮੈਟਿਕ ਸੋਫਟਨਰ, ਇੰਨਾ ਵੱਡਾ ਤੁਸੀਂ ਕਹਿ ਰਹੇ, ਪਹਿਲਾਂ ਵੈਸਲ ਨਹੀਂ ਹੋਊਗਾ, ਇਹਦੇ ਨਾਲ ਮੋਟਰ ਵੀ ਹੋਊਗੀ, ਪ੍ਰੋਪਰ ਵੱਡਾ ਡਰੰਮ ਵੀ ਆਉਂਦਾ, ਠੀਕ ਹੈ? ਇਹਦੇ ਨਾਲ ਛੋਰਾ ਖਤਮ ਕਰਕੇ ਪਾਣੀ ਟੈਂਕੀ 'ਚ ਲੈ ਕੇ ਜਾਂਦੇ, ਠੀਕ ਹੈ? ਜਿਹੜੀ ਤੁਸੀਂ ਕਹਿ ਰਹੇ ਹੋ ਕਈ ਵਾਰੀ ਸਮੈਲ ਆਉਂਦੀ ਹੈ ਨਹਿਰੀ ਪਾਣੀ ਦੇ ਵਿੱਚ, ਜਾਂ ਮਿੱਟੀ ਆਉਂਦੀ ਹੈ, ਉਹਦੇ ਲਈ ਸਾਡੇ ਅਲੱਗ ਆਉਂਦੇ ਆ, ਇੱਕ ਆਉਂਦਾ ਸੈਂਡ ਫਿਲਟਰ, ਜਿਹਦੇ ਨਾਲ ਕੀ ਹੁੰਦਾ ਜਿਹੜਾ ਰੇਤਾ ਆਉਂਦਾ, ਜਿਹੜੇ ਵੀ ਆਪਾਂ ਨੂੰ ਪਾਣੀ ਡਸਟ ਨਜ਼ਰ ਨਹੀਂ ਆਉਂਦੀ, ਉਹ ਵੀ ਖਤਮ ਕਰ ਦਿੰਦੀ ਹੈ, ਠੀਕ ਹੈ? ਇੱਕ ਆਉਂਦਾ ਕਾਰਬਨ ਫਿਲਟਰ, ਜਿਹੜਾ ਤੁਸੀਂ ਕਹਿੰਦਾ ਕਿਸੇ ਦੇ ਵੀ ਘਰੇ ਕੋਈ ਪਾਣੀ 'ਚ ਸਮੈਲ ਆ ਰਹੀ ਹੈ, ਠੀਕ, ਕਾਰਬਨ ਫਿਲਟਰ ਲੱਗੂਗਾ, ਕਾਰਬਨ ਫਿਲਟਰ ਉਹਦੇ ਨਾਲ ਜਦੋਂ ਤੁਹਾਡੀ ਸਾਰੀ ਸਮੈਲ ਚਲੀ ਜਾਊਗੀ। ਕੋਈ ਵੀ ਬੰਦਾ ਲਵਾਉਣਾ, ਕੋਈ ਵੀ ਭਰਾ ਆਪਣਾ ਲਗਵਾਉਣਾ ਚਾਹੁੰਦਾ, ਸੱਜਣ ਲਾਉਣਾ ਚਾਹੁੰਦਾ, ਤੁਸੀਂ ਕਾਲ ਕਰੋ, ਅਸੀਂ ਕੰਪਨੀ ਦਾ ਬੰਦਾ ਤੁਹਾਨੂੰ, ਕੰਪਨੀ ਦੇ ਬੰਦੇ ਨੂੰ ਤੁਹਾਡਾ ਨੰਬਰ ਪ੍ਰੋਵਾਈਡ ਕਰਾਂਗੇ, ਸਾਈਟ 'ਤੇ ਬੰਦਾ ਜਾਊਗਾ, ਪਾਣੀ ਦੀ ਟੈਸਟ, ਉੱਧਰ ਅਗਰ ਜਿਹੜੀ ਚੀਜ਼ ਦੀ ਲੋੜ ਹੋਈ ਉਹੀ ਉਹ ਰਿਕਮੈਂਡ ਕਰਕੇ ਆਊਗਾ ਜੀ, ਤੁਸੀਂ ਆਹ ਚੀਜ਼ ਲਓ, ਠੀਕ ਹੈ? ਬਾਈ ਜੀ, ਬਈ ਇਸ ਤੋਂ ਅੱਗੇ ਇਹ ਮੋਟਰ ਆਉਂਦਾ ਪ੍ਰੈਸ਼ਰ ਪੰਪ, ਅੱਜ ਕੱਲ੍ਹ ਜਿੰਨੇ ਵੀ ਘਰ ਚੱਲ ਰਹੇ ਆ, ਹਰ ਇੱਕ ਨੂੰ ਪ੍ਰੈਸ਼ਰ ਦੀ ਰਿਕੁਆਇਰਡ ਆ, ਹਰ ਕੋਈ ਵਧੀਆ ਵਧੀਆ ਤੋਂ ਵਧੀਆ ਘਰ ਬਣਾ ਰਿਹਾ ਹੈ, ਹਰ ਕਿਸੇ ਨੂੰ ਅੱਜ ਕੱਲ੍ਹ ਪਹਿਲਾਂ ਸ਼ਾਵਰ ਨਹੀਂ ਚੱਲਦੇ ਸੀ, ਅੱਜ ਸ਼ਾਵਰ ਸਭ ਤੋਂ ਜ਼ਿਆਦਾ ਚੱਲ ਰਹੇ ਆ, ਆਹ ਕੀ ਕਰਦਾ ਜੀ, ਪ੍ਰੈਸ਼ਰ ਦਾ ਜਨਰੇਟ, ਪ੍ਰੈਸ਼ਰ ਦਾ ਕੰਮ ਕਰਦਾ, ਟੂਟੀਆਂ ਸ਼ਾਵਰਾਂ ਦੇ ਵਿੱਚ ਪ੍ਰੈਸ਼ਰ ਲੈ ਕੇ ਆਉਂਦਾ, ਠੀਕ ਹੈ ਜੀ? ਇੱਕ ਤਾਂ ਪ੍ਰੈਸ਼ਰ ਜਨਰੇਟ ਕਰਦਾ, ਇੱਕ ਨਹੀਂ ਤਾਂ ਡਿਸਕਾਂ ਖਰਾਬ ਹੋ ਜਾਂਦੀਆਂ ਟੂਟੀਆਂ ਦੀਆਂ, ਸ਼ੋਰਾ ਜੰਮੇ ਆਉਂਦਾ ਜੀ, ਇੱਕ ਤਾਂ ਜਦੋਂ ਆਹ ਚੀਜ਼ਾਂ ਲਾਤੀਆਂ ਤਾਂ ਸ਼ੋਰਾ ਖਤਮ ਹੀ ਹੋ ਗਿਆ, ਸਪੋਜ਼ ਕਿਸੇ ਨੇ ਸੋਫਟਨਰ ਨਹੀਂ ਲਾਇਆ ਹੋਇਆ, ਆਹ ਤੁਹਾਡੇ ਸ਼ੋਰੇ ਨੂੰ ਵੀ ਖਤਮ ਕਰ ਦਿੰਦਾ, ਆਹ ਪ੍ਰੈਸ਼ਰ ਦੇ ਨਾਲ ਸ਼ੋਰਾ ਵੀ ਖਤਮ ਕਰ ਦਿੰਦਾ, ਬਟ ਅਸੀਂ ਹਰ ਇੱਕ ਨੂੰ ਰਿਕਮੈਂਡ ਕਰਦੇ ਹਾਂ ਸ਼ੋਰਾ ਜ਼ਰੂਰ ਲਵਾਓ, ਆਪਾਂ ਸ਼ੋਰੇ ਦੇ ਨਾਲ ਕੀ ਆ ਬਿਮਾਰੀਆਂ ਨਹੀਂ ਲੱਗਦੀਆਂ ਜੀ, ਕੱਪੜੇ ਬਰਤਨ ਆਪਣੀ ਪੂਰੀ ਹਾਈਜੀਨ ਹੋ ਜਾਂਦਾ, ਪੂਰਾ ਘਰ ਉਹੀ ਆਪਣੀ ਕੋਸਟ, ਮੈਂ ਕਹਿੰਦਾ ਭਾਂਡਿਆਂ 'ਚ ਤੇ ਟੂਟੀਆਂ 'ਚ ਬਚ ਜੂਗੀ, ਪੂਰੀ ਬਚ ਜਾਂਦੀ ਜੀ। ਉਸ ਤੋਂ ਬਾਅਦ ਬਾਈ ਹੁਣ ਰਹਿ ਗਿਆ ਗਰਮ ਪਾਣੀ ਵਾਲਾ, ਇਹ ਵੀ ਸਭ ਤੋਂ ਮੇਜਰ ਪ੍ਰੋਜੈਕਟ ਹੈ ਜੀ, ਹੀਟ ਪੰਪ, ਜਿਹੜੇ ਭਰਾ ਬਾਹਰ ਰਹਿੰਦੇ ਆ ਉਹਨਾਂ ਨੇ ਤਾਂ ਹਰ ਇੱਕ ਦੇ ਘਰੇ ਉਹਨਾਂ ਦੇ ਇਨਬਿਲਟ ਲੱਗਿਆ ਹੋਊਗਾ, ਵਾਟਰ ਸੋਫਟਨਰ, ਸਟੇਨਲੈਸ ਸਟੀਲ ਦਾ ਟੈਂਕ ਤੇ ਹੀਟ ਪੰਪ, ਆਹ ਜ਼ਰੂਰ ਲੱਗਿਆ ਹੁੰਦਾ। ਇਹਦਾ ਕੰਮ ਕੀ ਹੈ ਜੀ, ਅੱਜ ਕੱਲ੍ਹ ਨਹੀਂ ਤਾਂ ਹਰ ਇੱਕ 5 ਬਾਥਰੂਮ 6 ਬਾਥਰੂਮ ਹੁੰਦੇ ਆ ਘਰ ਦੇ ਵਿੱਚ, ਇੱਕ ਇੱਕ ਬਾਥਰੂਮ ਲਾਉਣਾ ਪੈਂਦਾ, ਇੱਕ ਇੱਕ ਬਾਥਰੂਮ ਦੇ ਵਿੱਚ ਇੱਕ ਗੀਜ਼ਰ ਲਾਉਣਾ ਪੈਂਦਾ, ਉਹਦੀ ਕੋਸਟਿੰਗ ਅਗਰ ਵਧੀਆ ਗੀਜ਼ਰ ਦੀ ਗੱਲ ਕਰੋ ਤਾਂ ਅਪਰੋਕਸ 10,000 ਰੁਪਏ ਦੀ ਹੁੰਦੀ ਹੈ ਜੀ। ਜਿਹੜਾ ਆਹ ਵਾਲਾ ਹੀਟ ਪੰਪ ਹੈ ਜੀ, ਆਹ ਸੈਂਟਰਲਾਈਜ਼ ਹੀਟ ਪੰਪ ਹੈ, ਘਰ ਦੇ ਵਿੱਚ ਲੱਗੂਗਾ ਉੱਪਰ, ਬਟ ਇਹਦੇ ਲਈ ਪਾਈਪਿੰਗ ਪਹਿਲਾਂ ਅਲੱਗ ਛੜਵਾਉਣੀ ਪੈਂਦੀ ਹੈ, ਉਹ ਪਲੰਬਰ ਨੂੰ ਦੱਸਣਾ ਪੈਂਦਾ ਜੀ ਅਸੀਂ ਹੀਟ ਪੰਪ ਲਾਉਣਾ, ਉਹਦੇ ਲਈ ਕੰਪੋਜ਼ਿਟ ਪਾਈਪ ਹੀ ਲੱਗੂਗੀ, ਉਹ ਵਾਲੀ ਪਾਈਪ ਅਸੀਂ ਅਲੱਗ ਪਾ ਕੇ ਅਸੀਂ ਹੀਟ ਪੰਪ ਲਾ ਕੇ, ਚੱਲ ਲਾਣਾ ਨਹੀਂ ਲਾਣਾ ਬਾਅਦ ਦੀ ਗੱਲ, ਪਾਈਪਿੰਗ ਜ਼ਰੂਰ ਛੜਵਾ ਦਿਓ, ਠੀਕ ਹੈ ਜੀ? ਸਭ ਤੋਂ ਵੱਡੀ ਗੱਲ ਇਹ ਤਾਂ ਲਿਖਿਆ ਹੈ ਨਾ ਬਾਈ, ਐਨਰਜੀ ਸੇਵਿੰਗ ਫਾਰ ਆਲ ਲਾਈਫ ਟਾਈਮ, ਇਹਦਾ ਕੀ ਹੈ ਜੀ, ਜਿਹੜਾ ਆਹ 200 ਲੀਟਰ ਦਾ ਸਪੋਜ਼ ਜੀ, ਜਿਹੜਾ 50 ਲੀਟਰ ਦਾ ਗੀਜ਼ਰ ਕੰਜ਼ਪਸ਼ਨ ਕਰੂਗਾ, ਆਹ 200 ਲੀਟਰ ਦਾ ਓਨੀ ਬਿਜਲੀ ਦੀ ਕੰਜ਼ਪਸ਼ਨ ਕਰੂਗਾ,
ਤੇ ਉਹਨੇ ਇੱਕ ਬਾਥਰੂਮ 'ਚ 25 ਲੀਟਰ ਦੇਣਾ, ਇਹਨੇ ਇੱਕ ਬਾਥਰੂਮ 'ਚ ਜਾਏ ਤੁਸੀਂ 200 ਲੀਟਰ ਪਾਣੀ ਲਾ ਲਓ ਜੀ। ਆਪਣਾ ਮੈਂ ਤੁਹਾਡੇ ਅੱਗੇ ਲੈ ਕੇ ਆਇਆ ਸਿੰਟੈਕਸ ਦਾ ਵਾਟਰ ਟੈਂਕ। ਆਪਾਂ ਸਾਰੇ ਕੋਠੀਆਂ ਬਣਾ ਰਹੇ ਹਾਂ, ਆਪਾਂ ਵਾਟਰ ਟੈਂਕ ਲਗਾ ਰਹੇ ਹਾਂ ਨੋਨ ਬ੍ਰਾਂਡਡ ਦਾ, ਜਾਂ ਕੋਈ ਵੀ ਜੋ ਬਾਹਰੋਂ ਬੁਰੋ ਬਣਵਾ ਕੇ, ਅੱਜ ਕੱਲ੍ਹ ਕੰਪਨੀਆਂ ਬਹੁਤ ਆਉਂਦੀਆਂ ਟੈਂਕ 'ਤੇ। ਸਿੰਟੈਕਸ ਸਭ ਤੋਂ ਪੁਰਾਣਾ ਟੈਂਕ ਹੈ, ਇਹਦੀ ਡਬਲ ਲੇਅਰ, ਟ੍ਰਿਪਲ ਲੇਅਰ ਸਾਰੇ ਤਰ੍ਹਾਂ ਦੇ ਟੈਂਕ ਆਉਂਦੇ ਆ। ਅੱਜ ਕੱਲ੍ਹ ਮਾਰਕੀਟ 'ਚ ਕੀ ਚੱਲ ਰਿਹਾ, 5 ਲੇਅਰ ਦੇ ਟੈਂਕ ਕਹਿ ਦਿੰਦੇ ਆ, ਉਹ ਸਸਤਾ ਪੈ ਰਿਹਾ ਜੀ, ਸਿੰਟੈਕਸ ਦਾ ਮਹਿੰਗਾ। ਵੀਰ ਜੀ, ਉਹਨਾਂ ਦੀ 5 ਲੇਅਰ ਜਿਹੜੀ ਪਰਤ ਹੁੰਦੀ ਹੈ, ਇਹਨਾਂ ਦੀ ਡਬਲ ਲੇਅਰ ਉਹਦੇ ਨਾਲੋਂ ਜ਼ਿਆਦਾ ਮੋਟੀ ਹੈ। ਤਾਂ ਮੈਂ ਸਾਰਿਆਂ ਨੂੰ, ਜਿਹੜੇ ਦੇਸੀ ਟੈਂਕ ਹੁੰਦੇ ਆ, ਦੇਸੀ ਟੈਂਕ ਪਾਣੀ ਗਰਮੀਆਂ ਦੇ ਵਿੱਚ ਜਦੋਂ ਪਾਣੀ ਸਟੋਰ ਹੁੰਦਾ ਉਹਦੇ ਵਿੱਚ ਕੈਮੀਕਲ ਰਿਲੀਜ਼ ਕਰ ਦਿੰਦੇ ਆ, ਜਿਹਦੇ ਕਰਕੇ ਹੈਲਥ ਇਸ਼ੂ ਹੁੰਦੇ ਆ। ਸਿੰਟੈਕਸ ਟੈਂਕ ਸਭ ਤੋਂ ਪੁਰਾਣਾ ਟੈਂਕ ਹੈ। ਸਿੰਟੈਕਸ ਦੇ ਟੈਂਕ ਆ ਪਿਓਰ ਟੈਂਕ ਹੈ। ਸਿੰਟੈਕਸ ਦੇ ਟੈਂਕ ਨੂੰ ਘਰਾਂ 'ਚ ਲਗਾਓ, ਆਪਣੀ ਹੈਲਥ ਨੂੰ ਵਧੀਆ ਰੱਖੋ। ਸਿੰਟੈਕਸ ਦੇ ਟੈਂਕ ਲਈ ਸਾਡੇ ਨਾਲ ਕੰਟੈਕਟ ਕਰੋ, ਲਕਸ਼ਮੀ ਪਾਈਪਸ ਬਠਿੰਡਾ। ਲਓ ਵੀ ਦੋਸਤੋ, ਜਿਵੇਂ ਆਪਾਂ ਤੁਹਾਨੂੰ ਦੱਸਿਆ ਸੀਗਾ ਵੀ ਇਹ ਚਾਰ ਪ੍ਰੋਡਕਟ ਜਿਹੜੇ ਬਹੁਤ ਫਾਇਦੇ ਵਾਲੇ ਪ੍ਰੋਡਕਟ ਨੇ, ਤਾਂ ਜੇ ਨਵਾਂ ਘਰ ਬਣਾ ਰਹੇ ਹੋ ਜਾਂ ਬਣੇ ਹੋਏ ਘਰ ਦੇ ਵਿੱਚ ਕੋਈ ਵੀ ਟੈਂਕੀ ਚੇਂਜ ਕਰਨੀ ਆ, ਗਰਮ ਠੰਡੇ ਵਾਲਾ ਕੋਈ ਸੌਦਾ ਕਰਨਾ, ਤਾਂ ਬਾਈ ਦਾ ਨੰਬਰ ਦਿੱਤਾ, ਬਾਈ ਨਾਲ ਗੱਲਬਾਤ ਕਰ ਲਿਓ, ਸਾਰੇ ਪ੍ਰੋਡਕਟ ਤੁਹਾਨੂੰ ਜੈਨੂਅਨ ਰੇਟ ਬਾਈ ਦੱਸੂਗਾ। ਧੰਨਵਾਦ।